ਕੰਪਨੀ ਦੇ ਕਰਮਚਾਰੀਆਂ ਨੂੰ ਲਿਖੇ ਪੱਤਰ ਦੇ ਅਨੁਸਾਰ ਏਅਰ ਕੈਨੇਡਾ ਦੇ ਸੀਈਓ ਨੇ ਫਰਾਂਸੀਸੀ ਭਾਸ਼ਾ ਬੋਲਣਾ ਤੇ ਸਮਝਣ ਦੇ ਲਈ ਉਸ ਨੂੰ ਸਿੱਖਣ ਦੇ ਲਈ ਇੱਕ ਪ੍ਰਾਈਵੇਟ ਟਿਊਟਰ ਨਿਯੁਕਤ ਕੀਤਾ ਹੈ। ਮਾਈਕਲ ਰੋਸੋ ਪਿਛਲੇ ਹਫਤੇ ਪੱਤਰਕਾਰਾਂ ਨੂੰ ਇਹ ਦੱਸਣ ਤੋਂ ਬਾਅਦ ਆਲੋਚਨਾ ਦੇ ਘੇਰੇ ਦੇ ਵਿੱਚ ਆ ਗਏ ਸੀ ਕਿ ਉਹ ਫ੍ਰੈਂਚ ਬੋਲੇ ਬਿਨਾਂ ਮੌਂਟਰੀਅਲ ਦੇ ਵਿੱਚ ਰਹਿਣ ਦੇ ਯੋਗ ਸੀ ਤੇ ਮੈਨੂੰ ਲੱਗਦਾ ਹੈ ਕਿ ਇਹ ਮੌਂਟਰੀਅਲ ਸ਼ਹਿਰ ਦਾ ਪ੍ਰਮਾਣ ਹੈ। ਓਨਟੈਰੀਓ ਦੇ ਚੁੱਕੇ ਗਏ ਸਵਾਲ ਤੋਂ ਬਾਅਦ ਸੀਈਓ ਨੂੰ ਟਿੱਪਣੀ ਦੇ ਲਈ ਅਗਲੇ ਦਿਨ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ, ਜਿਸ ਨੇ ਸੂਬੇ ਦੇ ਵਿੱਚ ਭਾਸ਼ਾ ਦੀ ਗੱਲ ਨੂੰ ਅੱਗ ਦੀ ਤਰ੍ਹਾਂ ਭੜਕਾਇਆ। ਉਹਨਾਂ ਕਿਹਾ, ਮੇਰਾ ਕਿਸੇ ਵੀ ਤਰੀਕੇ ਨਾਲ ਇਹ ਮਤਲਬ ਨਹੀਂ ਸੀ ਕਿ ਮੈਂ ਦੇਸ਼ ਭਰ ਦੇ ਕਿਊਬੇਕਰਸ ਅਤੇ ਫਰੈਂਕਰਸ ਜਿਹੜੇ ਨੇ ਉਹਨਾਂ ਦਾ ਅਪਮਾਨ ਕਰਾਂ। ਮੈਂ ਉਹਨਾਂ ਲੋਕਾਂ ਤੋਂ ਮਾਫ਼ੀ ਮੰਗਦਾ ਜੋ ਮੇਰੀ ਟਿੱਪਣੀ ਤੋਂ ਦੁਖੀ ਹੋਏ ਨੇ। ਏਅਰ ਕੈਨੇਡਾ ਦੇ ਕਰਮਚਾਰੀਆਂ ਨੂੰ ਫ੍ਰੈਂਚ ਦੇ ਵਿੱਚ ਲਿਖੇ ਇੱਕ ਪੱਤਰ ਦੇ ਵਿੱਚ ਰੂਸੋ ਨੇ ਕਿਹਾ ਹੈ ਕਿ ਉਹ 14 ਸਾਲਾਂ ਤੋਂ ਕਿਊਬੇਕ ਦੇ ਵਿੱਚ ਰਹਿਣ ਦੇ ਬਾਵਜੂਦ ਕੈਨੇਡਾ ਦੀ ਇੱਕ ਸਰਕਾਰੀ ਭਾਸ਼ਾ ਬੋਲਣ ਜਾਂ ਸਮਝਣ ਦੇ ਵਿੱਚ ਅਸਮਰਥ ਰਹਿਣ ਬਾਰੇ ਕੀਤੀਆਂ ਟਿੱਪਣੀਆਂ ਦੇ ਲਈ ਪਛਤਾ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਦੀਆਂ ਅਧਿਕਾਰਤ ਭਾਸ਼ਾਵਾਂ ਦੇ ਅਭਿਆਸਾਂ ਦੀ ਸਮੀਖਿਆ ਕੀਤੀ ਜਾਏਗੀ ਅਤੇ ਮਜ਼ਬੂਤੀ ਦੇ ਨਾਲ ਜਿਹੜਾ ਇਸ ਨੂੰ ਪੂਰਾ ਕੀਤਾ ਜਾਏਗਾ। ਰੂਸੋ ਨੇ ਕਿਹਾ ਹੈ ਕਿ ਮੈਂ ਨਿੱਜੀ ਤੌਰ ਦੇ ਉੱਤੇ ਇਸ ਪ੍ਰੀਖਿਆ ਦੀ ਨਿਗਰਾਨੀ ਕਰਾਂਗਾ ਜਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਲੋੜੀਂਦੀ ਕਾਰਵਾਈ ਲਾਗੂ ਕੀਤੀ ਗਈ ਹੈ। ਭਾਸ਼ਾ ਦੇ ਝਗੜੇ ਤੋਂ ਬਾਅਦ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਕ੍ਰਿਸਟੋਫਰ ਲੈਂਡ ਨੇ ਏਅਰ ਕੈਨੇਡਾ ਦੇ ਬੋਰਡ ਆਫ ਡਾਇਰੈਕਟਰ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਰੂਸੋ ਦੀ ਫ੍ਰੈਂਚ ਭਾਸ਼ਾ ਦੇ ਹੁਨਰ ਉਸਦੇ ਸਾਲਾਨਾ ਪ੍ਰਦਰਸ਼ਨ ਮੁਲਾਂਕਣ ਦੇ ਵਿੱਚ ਇੱਕ ਨਿਰਣਾਇਕ ਕਾਰਨ ਹੈ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਨੌਕਰੀ ਦੀ ਤਰੱਕੀ ਦੇ ਲਈ ਫ੍ਰੈਂਚ ਭਾਸ਼ਾ ਦੇ ਹੁਨਰ ਨੂੰ ਮਹੱਤਵਪੂਰਨ ਮਾਪਦੰਡ ਬਣਾਇਆ ਜਾਏ। ਏਅਰ ਕੈਨੇਡਾ ਦੇ ਬੋਰਡ ਦੇ ਚੇਅਰਮੈਨ ਨੇ ਫ੍ਰੀਲੈਂਡ ਦੇ ਪੱਤਰ ਦਾ ਜਵਾਬ ਦਿੰਦੇ ਕਿਹਾ ਹੈ ਕਿ ਅਸੀਂ ਰੂਸੋ ਦੇ ਨਾਲ ਇਹਨਾਂ ਸਮਾਗਮਾਂ ਬਾਰੇ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕੀਤੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਕੰਪਨੀ ਦੇ ਅੰਦਰ ਫ੍ਰੈਂਚ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਸਾਡੇ ਸਮੂਹਿਕ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।